ਬismillahirrahmanirrahim ਅਸਲਾਮ ਅਲੈਕੁਮ ਵੀਵਰਸ ਕੀ ਹਾਲ ਹੈ ਮੇਰੇ ਸਾਰੇ ਠੀਕ ਹੋਣਗੇ ਅੱਲਾਹ ਤਾਲਾ ਸਾਰਿਆਂ ਨੂੰ ਆਪਣੇ ਘਰਾਂ ਚ ਖੁਸ਼ ਰੱਖੇ ਆਬਾਦ ਰੱਖੇ ਆਮੀਨ ਸੁਮਾ ਆਮੀਨ ਜਿੱਤੇ ਵੀਵਰਸ ਇੱਥੇ ਮੈਂ 1.5 ਕਿਲੋ ਗੋਸ਼ਤ ਲਿਆ ਵਾ ਉਹਦੇ ਵਿੱਚ ਅੱਧਾ ਕੱਪ ਪਾਣੀ ਦਾ ਸ਼ਾਮਿਲ ਕਰ ਦਿੱਤਾ ਵਾ ਅੱਧਾ ਚਮਚ ਲਸਣ ਦਾ ਪਾਊਡਰ ਅੱਧਾ ਚਮਚ ਅਦਰਕ ਦਾ ਪਾਊਡਰ ਤੁਹਾਡੇ ਕੋਲ ਫਰੈਸ਼ ਹੋਣ ਦੋਨੇ ਚੀਜ਼ਾਂ ਤੇ ਤੁਸੀਂ ਫਰੈਸ਼ ਵੀ ਪਾ ਸਕਦੇ ਹੋ ਇੱਕ ਚਮਚ ਨਮਕ ਦਾ ਸ਼ਾਮਿਲ ਕਰ ਦਿੱਤਾ ਬਹੁਤ ਹੀ ਮਜ਼ੇਦਾਰ ਕੜਾਈ ਬਣੇਗੀ ਤੁਸੀਂ ਇੱਕ ਦਫਾ ਬਣਾ ਕੇ ਜ਼ਰੂਰ ਦੇਖਣਾ ਇਹਨੂੰ ਕਿ ਇੱਕ ਚਮਚ ਸੂਰਖ ਮਿਰਚ ਦਾ ਸ਼ਾਮਿਲ ਕਰ ਦਿੱਤਾ 1/2 ਚਮਚ ਤੇ ਅੱਧਾ ਚਮਚ ਹਲਦੀ ਦਾ ਸ਼ਾਮਿਲ ਕਰ ਦਿੱਤਾ ਤੇ ਹੁਣ ਆਪਾਂ ਇਹਦੇ ਉੱਪਰ ਟਮਾਟਰ ਲਾਵਾਂਗੇ ਇੱਕ ਤੇਜ ਪੱਤਾ ਸ਼ਾਮਿਲ ਕਰ ਦਿੱਤਾ ਦੋ ਲੌਂਗ ਹਲਕੇ ਜਿਹੇ ਮਸਾਲੇ ਆਪਾਂ ਪਾਣੀ ਆ ਇਹਦੇ ਵਿੱਚ ਬਿਲਕੁਲ ਤੱਕੇ ਰੋਜ਼ੇਦਾਰਾਂ ਨੂੰ ਪਿਆਸ ਨਾ ਲੱਗੇ ਇੱਕ ਵੱਡੀ ਇਲਾਇਚੀ ਸ਼ਾਮਿਲ ਕਰ ਦਿੱਤੀ ਆ ਤੇ ਇਹ ਥੋੜਾ ਜਿਹਾ ਸਾਬਤ ਜ਼ੀਰਾ ਇਹਨੂੰ ਮਸਲ ਕੇ ਤੇ ਸ਼ਾਮਿਲ ਕਰ ਦਿਓ ਇਹਦੇ ਨਾਲ ਇਹਦਾ ਫਲੇਵਰ ਬਹੁਤ ਹੀ ਜ਼ਬਰਦਸਤ ਆਏਗਾ ਹੁਣ ਆਗੀ ਟਮਾਟਰਾਂ ਦੀ ਵਾਰੀ 1.5 ਕਿਲੋ ਗੋਸ਼ਤਾ ਤੇ ਇਹਦੇ ਵਿੱਚ ਮੈਂ ਤਿੰਨ ਪਾ ਟਮਾਟਰ ਪਾਏ ਆ ਤੁਸੀਂ 1 ਕਿਲੋ ਤੱਕ ਵੀ ਪਾ ਸਕਦੇ ਹੋ ਜਿੰਨੀ ਤੁਸੀਂ ਗਰੇਵੀ ਪਸੰਦ ਕਰਦੇ ਹੋ ਤੇ ਉਸ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਕੋਈ ਮਸਲਾ ਨਹੀਂ ਜਿੰਨੇ ਟਮਾਟਰ ਜ਼ਿਆਦਾ ਪਾਉਂਗੀ ਉਨੀ ਗਰੇਵੀ ਅੱਛੀ ਬਣੇਗੀ ਤੇ ਟੇਸਟ ਵੀ ਜ਼ਿਆਦਾ ਅੱਛਾ ਆਏਗਾ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾ ਜੇ ਤੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਜਾਏ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤਕਰੀਬਨ 5 ਮਿੰਟ ਵਾਸਤੇ ਮੈਂ ਲਿਡ ਲਾ ਦਿੱਤਾ ਤੇ ਟਮਾਟਰ ਦੇ ਜਿਹੜੇ ਛਿਲਕੇ ਆ ਇਹਨਾਂ ਨੂੰ ਆਪਾਂ ਹੁਣ ਰਿਮੂਵ ਕਰ ਲਾਂਗੇ ਇਸੇ ਤਰ੍ਹਾਂ ਕਿਸੇ ਚਮਟੇ ਚਿੰਟੇ ਵਗੈਰਾ ਦੇ ਨਾਲ ਚੁੱਕ ਕੇ ਲਾਈਓ ਹੱਥ ਵਗੈਰਾ ਨਾ ਜਲਾ ਲਿਓ ਆਪਣਾ ਬਹੁਤ ਹੀ ਮਜ਼ੇਦ ਦੀ ਕੜਾਈ ਬਣ ਕੇ ਤਿਆਰ ਹੋਏਗੀ ਬਿਲਕੁਲ ਲਾਈਟ ਸੇ ਮਸਾਲੇ ਤੇ ਜ਼ਬਰਦਸਤ ਤੁਹਾਨੂੰ ਇਹਦਾ ਟੇਸਟ ਲੱਗੇਗਾ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਨਾ ਹੈ ਟਰਾਈ ਕਰਕੇ ਮੈਨੂੰ ਕਮੈਂਟ ਬਾਕਸ ਚ ਆ ਕੇ ਦੱਸਣਾ ਹੈ ਕਿ ਤੁਹਾਡੀ ਜਲੀ ਕੜਾਈ ਹੈ ਕਿਸ ਤਰੀਕੇ ਦੀ ਬਣੀ ਕਿੰਨੀ ਕੁ ਮਜ਼ੇਦਾਰ ਬਣੀ ਔਰ ਬਣੀ ਵੀ ਬਿਲਕੁਲ ਛਟਪਟ ਗਈ ਹੈ ਤਾ तकरीबन 5 ਮਿੰਟ ਲੀਡ ਲਾਇਆ ਬਸ ਸਾਰਾ ਮਸਾਲੇ ਪਾ ਕੇ ਤੇ ਹੁਣ ਅਗਲਾ ਪ੍ਰੋਸੈਸ ਵੀ ਜਿਹੜਾ ਉਹ 2-3 ਮਿੰਟ ਦਾ ਪ੍ਰੋਸੈਸ ਆ ਬਸ ਜ਼ਿਆਦਾ ਤੋਂ ਜ਼ਿਆਦਾ 5 ਮਿੰਟ तकरीबन 10 ਮਿੰਟ ਦੇ ਵਿੱਚ ਇਹ ਪੱਕ ਕੇ ਤਿਆਰ ਹੋ ਗਈ ਤੇ ਇਹਨੂੰ ਹੁਣ ਆਪਾਂ ਥੋੜਾ ਜਿਹਾ ਚਮਚ ਚਲਾ ਕੇ ਟਮਾਟਰਾਂ ਨੂੰ ਮੈਸ਼ ਕਰ ਲਾਂਗੇ ਛਿਲਕੇ ਇਹਨਾਂ ਦੇ ਉੱਤਰ ਗਏ ਤੇ ਇਸ ਲਈ ਇਹਨਾਂ ਦਾ ਜਿਹੜਾ ਸਿਰਫ ਇਹ ਪਲਪ ਆ ਇਹ ਬਹੁਤ ਜਲਦੀ ਮੈਸ਼ ਹੋ ਜਾਂਦਾ ਵਾ ਮੈਂ ਤਕਰੀਬਨ ਪੌਣਾ ਕੱਪ ਮੈਂ ਇਹਦੇ ਵਿੱਚ ghee ਦਾ ਸ਼ਾਮਲ ਕਰ ਦਿੱਤਾ ਵਾ ਤੁਸੀਂ ਚਾਹੋ ਤੇ ਆਇਲਸ ਵੀ ਬਣਾ ਸਕਦੇ ਹੋ ਲੇਕਿਨ ਰੈਸਟੋਰੈਂਟ ਤੇ ਜਿਹੜੀ ਕੜਾਈ ਵਗੈਰਾ ਬਣਦੀ ਹੈ ਉਹ ਆਇਲ ਦੇ ਵਿੱਚ ਨਹੀਂ ਬਣਾਉਂਦੇ ਉਗੇ ਇਹ ਸ਼ਾਮਿਲ ਕਰਦੇ ਆ ਤੇ ghee ਦੇ ਨਾਲ ਜਿਹੜਾ ਟੇਸਟ ਆਂਦਾ ਉਹ ਆਇਲ ਦੇ ਨਾਲ ਟੇਸਟ ਨਹੀਂ ਆਂਦਾ ਅੱਛਾ ਟੇਸਟ ਤੇ ਬਣ ਜਾਂਦਾ ਲੇਕਿਨ ghee ਦਾ ਟੇਸਟ ਆਪਣਾ ਹੀ ਹੁੰਦਾ ਤੇ ਇਹ ਦੇਖੋ ਮਾਸ਼ਾਅੱਲਾ 2-3 ਮਿੰਟ ਤੱਕ ਇਹਦੀ ਪੁਨਾਈ ਕਰ ਲਈ ਆ ਤੇ ਮਾਸ਼ਾਅੱਲਾ ਜ਼ਬਰਦਸਤ ਜੀ ਗਰੇਵੀ ਤਿਆਰ ਹੋ ਗਈ ਆ ਤੇ ਹੁਣ ਆਪਾਂ 1 ਕੱਪ ਦਹੀਂ ਦਾ ਫੈਂਟ ਕੇ ਚੁੱਲਾ ਬੰਦ ਕਰਕੇ ਸੌਰੀ ਚੁੱਲਾ ਬੰਦ ਕਰਕੇ ਤੁਸੀਂ ਇਹਨੂੰ ਪਾਣਾ ਵਾ ਦਹੀਂ ਨੂੰ ਤਾਂ ਕਿ ਦਹੀਂ ਫਟੇ ਨਹੀਂ ਤੇ ਇਹ ਤਕਰੀਬਨ 2-3 ਮਿੰਟ ਵਾਸਤੇ ਲਿਡ ਲਾ ਦਿੱਤਾ ਤੇ ਮਾਸ਼ਾਅੱਲਾ ਜ਼ਬਰਦਸਤ ਜੀ ਜੇ ਉੱਪਰ ਆ ਗਿਆ ਤੇ ਚਾਰ ਪੰਜ ਸਬਜ਼ ਮਿਰਚਾਂ ਨੂੰ ਦਰਮਿਆਨ ਚ ਕੱਟ ਲਾ ਕੇ ਸ਼ਾਮਿਲ ਕਰ ਦਿੱਤਾ ਆ ਧਨੀਆ ਤੇ ਮੇਥੀ ਮੈਂ ਸੁਕਾ ਕੇ ਰੱਖੇ ਹੋਏ ਨੇ ਤੇ ਉਹ ਸ਼ਾਮਿਲ ਕਰ ਦਿੱਤੇ ਆ ਇੱਕ ਚਮਚ ਸੁੱਕੇ ਧਨੀਏ ਦਾ ਪਾਊਡਰ ਪਾ ਦਿੱਤਾ ਵਾ ਅੱਧਾ ਚਮਚ ਪੁਨੀਆ ਕੁੱਟਿਆ ਜ਼ੀਰਾ ਪਾ ਦਿੱਤਾ ਤੇ ਗਰਮ ਮਸਾਲਾ ਮੇਰਾ ਖਤਮ ਹੋਇਆ ਹੋਇਆ ਸੀ ਪੀਸਿਆ ਹੋਇਆ ਬਿਲਕੁਲ ਥੋੜਾ ਜਿਹਾ ਸੀ ਮੈਂ ਉਹ ਮੈਂ ਇਸ ਤਰ੍ਹਾਂ ਹੀ ਪਾ ਦਿੱਤਾ ਇਹਦੇ ਵਿੱਚ ਤੇ ਮਾਸ਼ਾਅੱਲਾ ਜ਼ਬਰਦਸਤ ਜੀ ਕੜਾਈ ਆਪਣੀ ਤਿਆਰ ਹੋ ਗਈ ਹੈ 2-3 ਮਿੰਟ ਦਮ ਦੇਾਂਗੇ ਤੇ ਆ ਦੇਖੋ ਮਾਸ਼ਾਅੱਲਾ ਫਾਈਨਲ ਲੁੱਕ ਗਰੇਵੀ ਦੇਖੋ ਕਿੰਨੀ ਜ਼ਬਰਦਸਤ ਬਣੀ ਆ ਤੇ ਟੇਸਟ ਵੀ ਮਸ਼ਾਲਾ ਬਹੁਤ ਹੀ ਜ਼ਬਰਦਸਤ ਬੜੀਆਂ ਬਹੁਤ ਮਜ਼ੇਦਾਰ ਬੜੀਆਂ ਤੇ ਔਰ ਬਣ ਵੀ ਬਹੁਤ ਜਲਦੀ ਗਈ ਆ ਬਹੁਤ ਹੀ ਆਸਾਨ ਰੈਸਪੀਆਂ ਤੁਹਾਡੇ ਵਾਸਤੇ ਲੈ ਕੇ ਆਈ ਦੀਆਂ ਕਿ ਜੋ ਲੋਕ ਬਿਗਨਰ ਨੇ ਜਿਹੜੀਆਂ ਬੱਚੀਆਂ ਨੇ ਪਹਿਲੇ ਕਦੀ ਕੁਕਿੰਗ ਨਹੀਂ ਕੀਤੀ ਇੰਨੀ ਆਸਾਨ ਰੈਸਪੀ ਦੇ ਨਾਲ ਮੈਂ ਤੁਹਾਨੂੰ ਚੀਜ਼ ਦੱਸਦੀਆਂ ਕਿ ਉਹ ਵੀ ਬਹੁਤ ਅੱਛੇ ਤਰੀਕੇ ਦੇ ਨਾਲ ਬਣਾ ਲੈਣਗੇ ਤੇ ਇਸ ਲਈ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਦੇਖੋ ਮਾਸ਼ਾਅੱਲਾ ਜ਼ਬਰਦਸਤ ਜੀ ਫਾਈਨਲ ਲੁੱਕ ਵੀਡੀਓ ਚ ਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ ਚੈਨਲ ਤੇ ਨਵੇਂ ਆਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇ ਜੇ ਤੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਜੇ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਚ ਉਦ ਤੱਕ ਲਈ ਅਲਾ ਹਫਜ਼